ਮੈਂ ਡਾਕਟਰ ਰਵੀ ਮਹਾਜਨ, ਚੀਫ ਪਲਾਸਟਿਕ ਸਰਜਨ, ਅਮਨਦੀਪ ਗਰੁੱਪ ਆਫ ਹੋਸਪਿਟਲਸ, ਅੰਮ੍ਰਿਤਸਰ। ਅਸੀਂ 8 ਤਰੀਕ ਤੋਂ 15 ਤਰੀਕ ਤੱਕ ਪਲਾਸਟਿਕ ਸਰਜਰੀ ਅਵੇਅਰਨੈਸ ਵੀਕ ਮਨਾ ਰਹੇ ਹਾਂ, ਅਤੇ ਉਹਦੇ ਤਹਿਤ ਮੈਂ ਅੱਜ ਤੁਹਾਨੂੰ ਪਲਾਸਟਿਕ ਸਰਜਰੀ ਦਾ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਕੀ ਰੋਲ ਰਹਿੰਦਾ ਹੈ ਉਹਦੇ ਬਾਰੇ ਦੱਸਣਾ ਚਾਹਾਂਗਾ। ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿਆਦਾਤਰ ਕੈਂਸਰ ਦੇ ਵਿੱਚ ਓਪਰੇਸ਼ਨ ਕੀਤਾ ਜਾਂਦਾ ਹੈ, ਔਰ ਜਿਹੜਾ ਪਾਰਟ ਜਿਹੜਾ ਹੈ ਕੈਂਸਰ ਨਾਲ ਗ੍ਰਸਤ ਹੁੰਦਾ ਹੈ ਉਹਨੂੰ ਰਿਮੂਵ ਕੀਤਾ ਜਾਂਦਾ ਹੈ। ਸੋ ਉਹ ਕੰਮ ਜਿਹੜਾ ਹੈ ਯੂਜਲੀ ਜਿਹੜੇ ਕੈਂਸਰ ਸਰਜਨ ਹੈ ਉਹ ਕਰਦੇ ਹੈ, ਲੇਕਿਨ ਉਸ ਤੋਂ ਬਾਅਦ ਉਹਨੂੰ ਦੁਬਾਰਾ ਉਹਦਾ ਪੁਨਰ ਨਿਰਮਾਣ ਕਰਨਾ, ਉਹਦਾ ਰੀਕੰਸਟਰਕਸ਼ਨ ਕਰਨਾ, ਉਹ ਕੰਮ ਜਿਹੜਾ ਹੈ ਉਹ ਪਲਾਸਟਿਕ ਸਰਜਰੀ ਦੁਆਰਾ ਕੀਤਾ ਜਾਂਦਾ ਹੈ। ਔਰ ਪਲਾਸਟਿਕ ਸਰਜਨ ਜਿਹੜਾ ਹੈ ਅੱਜ ਕੱਲ੍ਹ ਦੀਆਂ ਜਿਹੜੀਆਂ ਬਹੁਤ ਐਡਵਾਂਸ ਟੈਕਨੀਕਸ ਹੈ, ਖਾਸ ਕਰ ਮਾਈਕਰੋਸਰਜੀਕਲ ਟੈਕਨੀਕਸ ਹੈ, ਉਹਦੇ ਨਾਲ ਕਰਦੇ ਹੈ। ਜਿਸ ਤਰ੍ਹਾਂ ਕਿ ਕਿਸੇ ਨੂੰ ਜਬਾੜੇ ਦਾ ਕੈਂਸਰ ਹੋ ਜਾਂਦਾ ਹੈ, ਉਹ ਚਾਹੇ ਉੱਪਰ ਵਾਲੇ ਜਬਾੜੇ ਦਾ ਜਾਂ ਥੱਲੇ ਵਾਲੇ ਜਬਾੜੇ ਦਾ, ਅਤੇ ਉਹਨੂੰ ਦੁਬਾਰਾ ਤੋਂ ਜਦੋਂ ਉਹ ਇੱਕ ਵਾਰੀ ਕੈਂਸਰ ਸਰਜਨ ਉਹਨੂੰ ਕੱਢ ਦਿੰਦਾ ਹੈ, ਅਤੇ ਉਹਨੂੰ ਦੁਬਾਰਾ ਤੋਂ ਸੇਮ ਸ਼ੇਪ ਦੇ ਵਿੱਚ ਬਣਾਉਣਾ ਜਿਹੜਾ ਹੈ ਉਹ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਉਹ ਪੋਸੀਬਲ ਹੈ। ਉਹਦੇ 'ਚ ਅਸੀਂ ਪੈਰ ਦੀ ਇੱਕ ਹੱਡੀ ਜਿਹਨੂੰ ਕਿ ਫਿਬਲਾ ਕਹਿੰਦੇ ਹਾਂ, ਉਹਨੂੰ ਖੂਨ ਦੀ ਨਾੜੀਆਂ ਦੇ ਸਮੇਤ ਜਾਂ ਜਿੱਥੇ ਮਾਸ ਦੀ ਲੋੜ ਹੋਵੇ ਨਾਲ ਮਾਸ ਲੈ ਕੇ, ਅਤੇ ਉਹਨੂੰ ਦੁਬਾਰਾ ਜਿਹੜਾ ਜਬੜੇ ਨੂੰ ਦਾ ਪੁਨਰ ਨਿਰਮਾਣ ਜਿਹੜਾ ਕਰ ਸਕਦੇ ਹਾਂ, ਤਾਂ ਕਿ ਮਰੀਜ਼ ਜਿਹੜਾ ਹੈ ਉਹ ਬਿਲਕੁਲ ਨੋਰਮਲ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕੇ, ਉਹਨੂੰ ਖਾਣ ਦੇ ਵਿੱਚ ਕੋਈ ਦਿੱਕਤ ਨਾ ਆਏ, ਉਹਨੂੰ ਕੋਈ ਬੋਲਣ ਦੇ ਵਿੱਚ ਦਿੱਕਤ ਨਾ ਆਏ, ਔਰ ਈਵਨ ਦੇਖਣ ਦੇ ਵਿੱਚ ਵੀ ਉਹਦੇ ਕੋਈ ਬਹੁਤ ਜ਼ਿਆਦਾ ਡਿਫੋਰਮਿਟੀ ਜਿਹੜੀ ਹੈ ਉਹ ਨਾ ਰਹਿ ਜਾਵੇ। ਇਸੇ ਤਰ੍ਹਾਂ ਜਿਹੜਾ ਹੈ ਲੇਡੀਜ਼ ਦੇ ਵਿੱਚ ਬ੍ਰੈਸਟ ਦਾ ਕੈਂਸਰ ਜਿਹੜਾ ਹੈ ਉਹ ਵੀ ਬਹੁਤ ਕਾਮਨ ਹੈ। ਅੱਜ ਤੋਂ ਪਹਿਲੇ ਇਹ ਹੁੰਦਾ ਸੀ ਵੀ ਮੋਸਟਲੀ ਜਿਹੜਾ ਬ੍ਰੈਸਟ ਹੈ ਉਹਨੂੰ ਕੰਪਲੀਟਲੀ ਰਿਮੂਵ ਕਰ ਦਿੱਤਾ ਜਾਂਦਾ ਸੀ, ਜਿਹੜਾ ਕਿ ਲੇਡੀਜ਼ ਵਾਸਤੇ ਬਹੁਤ ਹੀ ਇੱਕ ਸਾਈਕੋਲੋਜੀਕਲ ਟਰਾਮਾ ਹੁੰਦਾ ਹੈ, ਅਤੇ ਲੇਕਿਨ ਅੱਜ ਅਸੀਂ ਮਾਈਕਰੋਸਰਜਰੀ ਟੈਕਨੀਕਸ ਦੇ ਨਾਲ ਬ੍ਰੈਸਟ ਰੀਕੰਸਟਰਕਸ਼ਨ ਜਿਹੜੀ ਹੈ ਉਹ ਕਰ ਸਕਦੇ ਹਾਂ। ਬੋਨਸ ਦਾ ਕੈਂਸਰ ਹੋ ਜਾਂਦਾ ਹੈ, ਈਵਨ ਉਹਨਾਂ ਕੇਸਿਸ ਦੇ ਵਿੱਚ ਵੀ ਜਿਹੜਾ ਵੈ ਫਿਬਲਾ ਜਿਹੜਾ ਬੋਨ ਹੈ ਉਹਨੂੰ ਲੈ ਕੇ ਔਰ ਖੂਨ ਦੀ ਨਾੜੀਆਂ ਜੋੜ ਕੇ ਉਹਨੂੰ ਦੁਬਾਰਾ ਤੋਂ ਜਿਹੜਾ ਉਸ ਹੱਡੀ ਨੂੰ ਜਿਹਦੇ 'ਚੋਂ ਕੈਂਸਰ ਕੱਢਿਆ ਗਿਆ ਉਹਨੂੰ ਦੁਬਾਰਾ ਬਣਾਇਆ ਜਾ ਸਕਦਾ। ਸਰੀਰ ਦੇ ਕਿਸੇ ਵੀ ਅੰਗ ਦੇ ਵਿੱਚ ਜਿਹੜਾ ਵੈ ਜੇ ਕੈਂਸਰ ਦੇ ਨਾਲ ਕੋਈ ਅੰਗ ਕੱਢਿਆ ਜਾਂਦਾ ਹੈ, ਅਤੇ ਉਹਦਾ ਦੁਬਾਰਾ ਤੋਂ ਪੁਨਰ ਨਿਰਮਾਣ ਕਰਨ ਦਾ ਜਿਹੜਾ ਕੰਮ ਹੈ ਉਹ ਪਲਾਸਟਿਕ ਸਰਜਨਸ ਦੁਆਰਾ ਕੀਤਾ ਜਾਂਦਾ ਹੈ।